ਤੁਹਾਨੂੰ ਯਾਦ ਹੋਵੇਗਾ ਕਿ ਕੁਝ ਮਹੀਨੇ ਪਹਿਲਾਂ ਨਵਜੋਤ ਸਿੱਧੂ ਕੋਲ ਜਦੋਂ ਟੂਰਿਜ਼ਮ ਮੰਤਰਾਲਾ ਸੀ ਤਾਂ ਛਤਬੀਰ ਚਿੜੀਆ ਘਰ ਗਏ ਸਨ, ਜਿੱਥੇ ਉਹਨਾਂ ਨੂੰ ਦੋ ਟਾਈਗਰਸ ਦੀ ਜੋੜੀ ਬਹੁਤ ਪਸੰਦ ਆਈ ਸੀ। ਨਾਮ ਸੀ ਅਮਨ ਤੇ ਦੀਆ। ਸਿੱਧੂ ਨੇ ਉਸ ਵੇਲੇ ਫੈਸਲਾ ਕੀਤਾ ਸੀ ਕਿ ਉਹ ਦੋਵਾਂ ਨੂੰ ਗੋਦ ਲੈਣਗੇ ਤੇ ਉਹਨਾਂ ਦਾ ਸਾਰਾ ਖਰਚਾ ਚੁੱਕਣਗੇ। ਪਰ ਸੋਮਵਾਰ ਨੂੰ ਇੰਟਰਨੈਸ਼ਨਲ ਟਾਈਗਰ ਦੇ ਮੌਕੇ ਜਦੋਂ ਸਾਡੇ ਪੱਤਰਕਾਰ ਨੇ ਇਸ ਚਿੜੀਆ ਘਰ ਦਾ ਦੌਰਾ ਕੀਤਾ ਤਾਂ ਆਪਣੀ ਅੱਖਾਂ ਨਾਲ ਇਸ ਜੋੜੀ ਦਾ ਹਾਲ ਵੇਖਿਆ ਤੇ ਪਤਾ ਚੱਲਿਆ ਕਿ ਸਿੱਧੂ ਵੱਲੋਂ ਇਹਨਾਂ ਦੋਵਾਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਅੱਧ ਵਿਚਾਲੇ ਹੀ ਰਹਿ ਗਈ ਸੀ, ਜੋ ਕਦੇ ਪੂਰੀ ਨਹੀਂ ਹੋ ਸਕੀ ਤੇ ਹੁਣ ਇਹਨਾਂ ਦੋਵਾਂ ਦੀ ਜ਼ਿੰਮੇਵਾਰੀ ਜ਼ੂ ਵੱਲੋਂ ਹੀ ਚੁੱਕੀ ਜਾਂਦੀ ਹੈ। ਦੱਸ ਦਈਏ ਕਿ ਇਸ ਚਿੜੀਆ ਘਰ ਵਿੱਚ 5 ਟਾਈਗਰ ਨੇ, ਜਿਨ੍ਹਾਂ ਵਿੱਚੋਂ 3 ਮਾਦਾ ਤੇ 2 ਨਰ ਨੇ, ਜਿਨ੍ਹਾਂ ਦੇ ਰੱਖ ਰਖਾਅ ਦੀ ਜ਼ਿੰਮੇਵਾਰੀ ਸੋਨੂ ਸਿੰਘ ਨਾਮ ਦਾ ਵਿਅਕਤੀ ਕਰਦਾ। ਜਦੋਂ ਸੋਨੂ ਨਾਲ ਗੱਲਬਾਤ ਕੀਤੀ ਤਾਂ ਤੁਸੀਂ ਖੁਦ ਹੀ ਦੇਖ ਲਓ ਉਸਨੇ ਕੀ ਕਿਹਾ। ਮੇਰਾ ਸੋਨੂ ਸਿੰਘ ਜੋਕੀਪਰ ਹੈ ਜੀ, ਮੈਂ ਇਹਨਾਂ ਦਾ ਟਾਈਗਰਾਂ ਦਾ ਦੇਖਭਾਲ ਕਰਦਾ, ਇਹਨਾਂ ਦੀ ਕੇਅਰ ਕਰਦਾ ਤੇ ਇਹਨਾਂ ਨੂੰ ਮਤਲਬ ਫੀਟਿੰਗ ਦੇਣਾ ਮੇਰਾ ਕੰਮ ਹੈ ਇਹਨਾਂ ਦਾ, ਇਹਨਾਂ ਨੂੰ ਦੇਖਣਾ ਵੀ ਕੋਈ ਬਿਮਾਰ। ਇਹ ਸਾਡੇ ਕੋਲ 5 ਟਾਈਗਰ ਨੇ ਜੀ, 2 ਮੇਲ ਨੇ 3 ਫੀਮੇਲਾਂ ਨੇ ਤੇ ਇਹ ਇਹਨਾਂ ਦੇ ਮਤਲਬ ਕੋਈ ਪ੍ਰਜਾਤੀ ਅਲੱਗ ਨਹੀਂ ਹੈਗੀ। ਇਹ ਵਾਈਟ ਟਾਈਗਰ ਹੁੰਦੇ ਜਿਹੜੇ, ਇਹ ਜੀਨਸ ਵੀਕ ਕਾਰਨ ਹੁੰਦੇ ਨੇ, ਇਹਨਾਂ ਦੇ ਜੀਨਸ ਵੀਕ ਹੋ ਜਾਂਦੇ, ਉਸ ਕਰਕੇ ਵਾਈਟ ਪੈਦਾ ਹੁੰਦੇ ਨੇ। ਤੇ ਵਾਈਟ ਟਾਈਗਰ ਦੀ ਜਿਹੜੀ ਹੈਗੀ ਲਾਈਫ ਦੀ ਮੈਂ ਗੱਲ ਦੱਸਦਾ ਤੁਹਾਨੂੰ, ਇਹਦੀ ਹੈਗੀ ਵਾਈਟ ਦੀ 14-15 ਸਾਲ ਤੱਕ ਹੈਗੀ ਆ, ਤੇ ਬਰਾਊਨ ਦੀ ਥੋੜੀ ਜਿਹੀ ਇਹਦੇ ਜਾਨ ਜ਼ਿਆਦਾ, ਤਾਕਤ ਜ਼ਿਆਦਾ ਹੈਗੀ। ਬਰਾਊਨ ਦੀ 20-25 ਸਾਲ ਤੱਕ ਜੂ ਦੇ ਵਿੱਚ ਕੱਢ ਦਿੰਦੇ ਨੇ। ਇਹਨਾਂ ਨੂੰ ਮਤਲਬ ਜਿਵੇਂ ਸਰਦੀ ਹੋ ਗਈ ਉਹਦਾ ਇਹਨਾਂ ਦੀ ਫੀਟ ਵਧਾ ਦਿੰਦੇ ਹਾਂ ਅਸੀਂ, 10 ਕਿੱਲੇ ਪਾ ਦਿੰਦੇ ਹਾਂ। ਗਰਮੀ 'ਚ ਛੋੜੇ ਫੀਟ ਘੱਟ ਖਾਂਦੇ ਹਾਂ, ਇਹਨਾਂ ਨੂੰ ਘੱਟ ਪਾਉਂਦੇ ਹਾਂ। ਗਰਮੀ 'ਚ 8 ਕਿੱਲੋ ਪਾ ਦਿੰਦੇ ਹਾਂ, ਸਰਦੀ 'ਤੇ 10 ਕਿੱਲੋ ਪਾ ਦਿੰਦੇ ਹਾਂ। ਆਪਸ 'ਚ ਫਾਈਟ ਕਰਦੇ ਹਾਂ, ਇਹਨਾਂ ਦੀ ਫਾਈਟ ਬਹੁਤ ਬੁਰੀ ਹੁੰਦੀ ਜੀ। 2-3 ਮਿੰਟਾਂ 'ਚ ਇੱਕ ਦੂਜੇ ਨੂੰ ਮਾਰ ਦਿੰਦੇ ਆ, ਇੱਥੋਂ ਫੜਦੇ ਆ ਇਹ ਧੋਣ ਤੋਂ, ਉਹਦੀ ਇੱਕ ਨਸ ਹੁੰਦੀ ਆ, ਇੱਥੋਂ ਉਹਨੂੰ ਵੱਢ ਦਿੰਦੇ ਆ ਜੀ। ਉੱਥੋਂ 2-4 ਮਿੰਟ 'ਚ ਫੀਮੇਲ ਨੂੰ ਮਾਰ ਦਿੰਦਾ ਇਹ ਮੇਲ। ਅਤੇ ਤਕਰੀਬਨ ਇਹ ਅਸੀਂ ਜਿਵੇਂ ਫੇਰ ਬਣਾਉਣਾ ਹੁੰਦਾ ਇਹਨਾਂ ਦਾ, ਇਹਨਾਂ ਦੇ ਸਲਾਈਡ ਗੇਟ ਹੈਗੇ ਨੇ, ਅੰਦਰ ਕਮਰੇ ਬਣੇ ਹੋਏ ਨੇ, ਉਹਨਾਂ ਨੂੰ ਆਪਾਂ ਪਾਸ ਮੀਟ ਇੱਕ ਦੂਜੇ ਨੂੰ ਪਾਉਂਦੇ ਹਾਂ, ਇੱਕ ਦੂਜੇ ਨੂੰ ਦੇਖੀ ਜਾਂਦੇ ਆ, ਉਹਨਾਂ ਦੀ ਮੂਵਮੈਂਟ ਦੇਖਦੇ ਹਾਂ ਅਸੀਂ ਬਈ ਹੁਣ ਮੀਟ ਇਹਨਾਂ ਨੂੰ ਮਿਲਣੇ ਲਾ ਕੇ, ਫਿਰ ਉਹਨਾਂ ਨੂੰ ਆਪਾਂ ਮਿਸ ਕਰ ਦਿੰਦੇ ਆਪਸ 'ਚ ਸਲਾਈਡ ਗੇਟ ਖਿੱਚ ਕੇ, ਫਿਰ ਦੇਖਦੇ ਉਹਨਾਂ ਨੂੰ ਬਈ ਹੁਣ ਫਾਈਟ ਤਾਂ ਨਹੀਂ। ਜੇ ਫਾਈਟ ਕਰਦੇ ਹਾਂ ਤਾਂ ਉਹਨਾਂ ਦਾ ਮੂਵਮੈਂਟ ਤੋਂ ਪਤਾ ਲੱਗ ਜਾਂਦਾ, ਜਿਹੜੇ ਧੋਣ ਦੇ ਵਾਲ ਹੁੰਦੇ ਉਹ ਖੜੇ ਹੋ ਜਾਂਦੇ ਆ, ਜੇ ਗੁੱਸੇ ਦੇ ਇਹ ਅੱਖਾਂ ਲਾਲ ਕਰ ਲੈਂਦਾ। ਇੱਕ ਹੋਰ ਜਿਹੜੀ ਵਾਈਟ ਟਾਈਗਰ ਹੁੰਦੇ, ਇਹਨਾਂ ਦੀ ਅੱਖਾਂ ਨੀਲੀਆਂ ਹੁੰਦੀਆਂ ਨੇ, ਜਿਹੜੇ ਬਰਾਊਨ ਹੈ ਇਹਨਾਂ ਦੀ ਪੀਲੀਆਂ ਅੱਖਾਂ ਹੁੰਦੀਆਂ। ਇਹ ਫਰਕ ਹੈ ਨਾ ਜੀ, ਬਾਕੀ ਪ੍ਰਜਾਤੀ ਕੇ ਬੰਗਾਲ ਟਾਈਗਰ ਨੇ ਇਹ। ਦੂਜੇ ਪਾਸੇ ਜਦੋਂ ਚਿੜੀਆ ਘਰ ਦੇ ਰੇਂਜ ਅਫਸਰ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੀ ਸਭ ਦੀ ਜ਼ਿੰਮੇਵਾਰੀ ਕਿ ਲੁਪਤ ਹੋ ਰਹੀ ਟਾਈਗਰਾਂ ਦੀ ਪ੍ਰਜਾਤੀ ਨੂੰ ਬਚਾਉਣ ਲਈ ਆਪਣਾ ਸਹਿਯੋਗ ਦੇਈਏ। ਜਿਹੜੇ ਦੇਖੋ ਪਿਛਲੇ ਕੁਛ ਸਮੇਂ ਤੋਂ ਜੋ ਡਾਟਾ ਉਪਲਬਧ ਹੈ ਉਹਦੇ ਮੁਤਾਬਕ ਲਗਭਗ 100 ਸਾਲ ਪਹਿਲਾਂ 1 ਲੱਖ ਟਾਈਗਰ ਸੀ ਅਤੇ ਹੁਣ ਲਗਭਗ 4,000 ਦੇ ਕਰੀਬ ਦੁਨੀਆ 'ਚ ਬਚਿਆ। ਇਹ ਸਿਰਫ 100 ਸਾਲਾਂ 'ਚ ਹੀ 4% ਹੀ ਬਚਿਆ ਅਤੇ 96% ਖਤਮ ਹੋ ਗਿਆ। ਜੇਕਰ ਹੁਣ ਵੀ ਇਹਦੇ ਬਾਰੇ ਜਾਗਰੂਕ ਹੋ ਕੇ ਜੋ ਵੀ ਬਚੇ ਹੋਏ ਨੇ ਅਤੇ ਉਹਦੇ ਜੋ ਰੱਖਾਂ ਬਣੀਆਂ ਹੋਈਆਂ ਨੇ ਟਾਈਗਰ ਰਿਜ਼ਰਵ 'ਚ, ਉਹਦੇ ਵਿੱਚ ਪ੍ਰੋਪਰ ਅਸੀਂ ਦੇਖਭਾਲ ਨਹੀਂ ਕਰਾਂਗੇ ਅਤੇ ਜੇ ਨਹੀਂ ਇਹ ਸਪੀਸੀਜ਼ ਦੀ ਹੋਂਦ ਨੂੰ ਸਦੀਵੀ ਤੌਰ 'ਤੇ ਅਸੀਂ ਖਤਮ ਕਰ ਸਕਦੇ ਹਾਂ, ਜਿਵੇਂ ਕਿ ਡਾਇਨਾਸੌਰ ਨਾਲ ਵਾਪਰਿਆ, ਪ੍ਰੀ ਹਿਸਟੋਰਿਕ ਨਸਲ ਨਾ ਬਣ ਜਾਵੇ। ਇਸ ਲਈ ਵੱਖੋ ਵੱਖਰੇ ਉਪਰਾਲੇ ਅਤੇ ਉੱਦਮ ਸਰਕਾਰਾਂ ਵੱਲੋਂ ਅਤੇ ਹੋਰ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਨੇ ਅਤੇ ਦੁਨਿਆਵੀ ਪੱਧਰ 'ਤੇ ਪੂਰੀ ਦੁਨੀਆ ਦੇ ਪੱਧਰ 'ਤੇ ਇਹਦੇ ਬਾਰੇ ਬਹੁਤ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇੰਟਰਨੈਸ਼ਨਲ ਟਾਈਗਰ ਡੇ ਦਾ ਵੀ ਇਹੀ ਮਕਸਦ ਹੈ। ਹੁਣ ਤੁਸੀਂ ਵੇਖ ਹੀ ਲਿਆ ਕਿ ਇਹ ਦੋਵੇਂ ਟਾਈਗਰ ਕਿੰਨੇ ਮਜ਼ੇ ਨਾਲ ਇਸ ਚਿੜੀਆ ਘਰ ਵਿੱਚ ਰਹਿ ਰਹੇ ਨੇ। ਬਿਲਕੁਲ ਇਸ ਗੱਲ ਤੋਂ ਅਣਜਾਣ ਕਿ ਕੋਈ ਮੰਤਰੀ ਸਾਨੂੰ ਗੋਦ ਲੈਣ ਦਾ ਕਹਿ ਕੇ ਵੀ ਗਿਆ ਸੀ, ਪਰ ਇਸ ਟਾਈਗਰ ਜੋੜੀ ਨੂੰ ਵੇਖਣ ਭਾਵੇਂ ਸਿੱਧੂ ਮੁੜ ਕੇ ਨਾ ਆਏ ਹੋਣ, ਪਰ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਇੱਥੇ ਆਉਂਦੇ ਨੇ। ਮੋਹਾਲੀ ਤੋਂ ਗੁਰਦੀਪ ਬੈਣੀਪਾਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9553